ਉਹ ਸੁਨਿਆਰੇ ਕੋ ਜਿਹੜੇ ਦੀਵੇ ਹੁੰਦੇ ਉਹ ਹਜ਼ਾਰ ਰੁਪਏ ਦੇ ਬੈਂਟੇ ਲਈ ਜੇਲ ਇੱਕ ਅੱਧੀ ਚਿਬੜ ਤੁਹਾਡੇ ਮੂੰਹ ਵਾਲੀ ਹੋ नाज़रीन अस्सलाम वालेकुम टी टाइम में खुश आमदीद। मैं सजाद जानी, मेरे साथ दानिश अब्बास, फैसल फरीद। और आज का शो जो है वो कोई तवक्को नहीं रखनी आपने हंसने की, और क्योंकि हमने फैसला किया कि हमने कॉमेडी छोड़ देनी है, हमने सीरियस बातें करनी है आपके साथ, और हमने बिल्कुल मजाक इनू कह ठहर जा जरा ठक 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 टेबल छोटा जा कंप्यूटर बना दे ते आज नौवां देना पंद्रों नाया तेरा दा पंद्रों नया कितना बढ़ गया नौ दस या तेरह साढ़े तेरह हजार ते कोई तीन चार हजार दी है लकड़ लाया जितना बना रहा साढ़े सोलह हजार सोलह नवा टेबल सोना बनया पैंठ सौ का मजबूती बना रहा मैं कहना यार इस बंदे को मैनू वध एटम टकरी अच्छा कि गल कर रहे जवेद साहब जवेद जवेद अच्छा मैं क्या कितों लैके आया जेडे सारे फटिया ਜਿਹੜੀਆਂ ਜਿਹੜੀਆਂ ਮਤਲਬ ਕਿ ਨਾ ਚੇਬੋਰਡ ਕਿੱਥੋਂ ਲੈ ਕੇ ਆ ਉਹ ਪਿੱਛੇ ਉਹ ਸੈੱਟ ਨਹੀਂ ਸੀ ਪਿਆ ਜਿਹੜਾ ਜਿੱਥੇ ਤੁਸੀਂ ਉੱਧਰ ਉਹ ਜਿਹੜਾ ਕਰਦੇ ਹੁੰਦੇ ਸੀ ਬਹਿ ਕੇ ਥੱਲੇ ਫਲੋਰ ਸੀ ਆਹੋ ਉਹ ਤੋੜ ਲਿਆ ਮੈਂ ਉਹ ਡੇਢ ਲੱਖ ਦਾ ਸੈੱਟ ਸੀ ਮੈਂ ਉਹਨਾਂ ਨੂੰ ਇੱਕ ਦਿਨ ਭਾਵੇਂ ਕਹਿਤਾ ਕਿ ਉਹਦਾ ਫਲੋਰ ਤੋੜਤਾ ਉਹਦਾ ਕਹਿੰਦਾ ਉੱਥੇ ਪਿਆ ਸੀ ਉਹਦਾ ਫਲੋਰ ਤੋੜ ਕੇ ਉੱਥੋਂ ਕਿੱਲ ਕਬਜ਼ੇ ਲਿਆ ਕੇ ਹੋਰ ਸਮਾਨ ਦੋ ਢਾਈ ਹਜ਼ਾਰ ਦਾ ਲਿਆ ਕੇ ਅਤੇ ਅੱਜ ਨੌਵਾਂ ਦੇਣਾ ਉਹਨੂੰ ਬਣਾ ਰਿਹਾ ਅਤੇ ਉਹ ਮੈਨੂੰ ਅਠਾਰਾਂ ਉੱਨੀ ਹਜ਼ਾਰ ਦਾ ਪੈ ਗਿਆ ਅਤੇ ਇੱਕ ਮੇਰਾ ਸੈੱਟ ਵੀ ਖਰਾਬ ਹੋ ਗਿਆ ਫਲੋਰ ਅਤੇ ਉੱਨੀ ਹਜ਼ਾਰ ਦਾ ਵੀ ਪੈ ਗਿਆ ਅਤੇ ਉਹ ਫਿਰ ਵੀ ਲਗਜ਼ਰੀ ਨਹੀਂ ਬਣਨਾ ਉਹ ਸਾਫ ਪਤਾ ਲੱਗਣਾ ਕਿ ਆਪ ਬਣਾਇਆ ਸਿਰਫ ਕੀ ਕਰ ਰਿਹਾ ਗਿਲੂ ਲਾਈ ਜਾ ਰਿਹਾ ਮਜ਼ਬੂਤੀ ਲਾਈ ਜਾ ਰਿਹਾ ਅਤੇ ਮੈਂ ਕਿਹਾ ਇਹਦੇ 'ਤੇ ਤੈਨੂੰ ਕਿਹਨੇ ਕਿਹਾ ਸੀ ਇਹਦੇ ਉੱਤੇ ਕਮਰੇ ਪਾਉਣੇ ਆ ਇਸ ਮੇਜ਼ ਦੇ ਉੱਤੇ ਅਸੀਂ ਅੱਗੋਂ ਸ਼ੁਰੂ ਕਰਨੀ ਇਮਾਰਤ ਤੂੰ ਥੱਲਿਓ ਇੰਨਾ ਮਜ਼ਬੂਤ ਬਣਾਤਾ ਉਹਨੇ ਉਹ ਰੈਸਲਿੰਗ 'ਚ ਸੀਨ ਦੇਖਿਆ ਇਹਨੂੰ ਮਜ਼ਬੂਤੀ ਦਾ ਫੋਬੀਆ ਵਾ ਸਹੀ ਗੱਲ ਉਸਤਾਦ ਜੀ ਲੇਕਿਨ ਕੰਮ ਬਹੁਤ ਅੱਛਾ ਕਰਦਾ ਯਾਰ ਇੱਕ ਤੈਨੂੰ ਇੱਕ ਜਗ੍ਹਾ 'ਤੇ ਮਜ਼ਬੂਤੀ ਦੀ ਜ਼ਰੂਰਤ ਜਿੰਨੀ ਹੈਗੀ ਉੱਨੀ ਕਰ ਤੂੰ ਜਿੰਨੀ ਤੈਨੂੰ ਮਜ਼ਬੂਤੀ ਦੀ ਇੱਕ ਜਗ੍ਹਾ 'ਤੇ ਜ਼ਰੂਰਤ ਆ ਤੂੰ ਉੱਨੀ ਕਰ ਇੱਕ ਜਗ੍ਹਾ 'ਤੇ ਤੂੰ ਵੇਟ ਰੱਖਣਾ 10 ਕਿਲੋ ਠੀਕ ਆ ਇਹ ਉਹਦੀ ਮਜ਼ਬੂਤੀ ਕਰ ਦਿੰਦਾ 900 ਕਿਲੋ ਵਾਲੀ ਫਲੋ 'ਚ ਬੰਦਾ ਬਹਿ ਹੀ ਜਾਂਦਾ ਕੀ ਕਰੇਗਾ ਤੂੰ ਇੱਕ ਜਗ੍ਹਾ 'ਤੇ ਤੂੰ 100 ਕਿਲੋ ਵਜ਼ਨ ਰੱਖਣਾ ਤੂੰ 200 ਕਿਲੋ ਦੀ ਕਪੈਸਿਟੀ ਵਾਲਾ ਬਣਾ ਦੇ ਇਨਫ ਬਹੁਤ ਬਹੁਤ ਆ 200 ਕਿਲੋ ਡਬਲ ਵੀ ਰੱਖ ਲਓ ਨਹੀਂ ਤੂੰ ਬਾਹਰ ਜਾ ਕੇ ਵੇਖ ਉੱਤੇ ਗੱਡੀ ਖੜੀ ਕਰ ਲਾ ਭਾਵੇਂ ਕੰਪਿਊਟਰ ਟੇਬਲ ਬਣਾ ਰਿਹਾ ਸਿਰਫ ਲੈਪਟਾਪ ਕੰਪਿਊਟਰ ਮੈਂ ਕਹਿੰਦਾ ਇਕੱਲਾ ਕੰਪਿਊਟਰ ਦੀ ਐਲਸੀਡੀ ਰੱਖਣੀ ਕੰਪਿਊਟਰ ਤੇ ਥੱਲੇ ਹੁੰਦਾ ਵਾ ਜਿਹੜਾ ਕੀਬੋਰਡ ਹੈ ਖਿੱਚਣ ਵਾਲਾ ਸਿਰਫ ਮਾਊਸ ਕੀਬੋਰਡ ਤੇ ਐਲਸੀਡੀ ਆਉਣੀ ਆ ਉਹਨਾਂ ਨੇ ਤਾਂ ਏਡਾ ਮਜ਼ਬੂਤ ਬਣਾਤਾ ਉੱਤੇ ਭਲਾ ਮੱਝ ਸਵਾ ਦਿਆ ਕਰੋ ਮੈਂ ਤੁਹਾਨੂੰ ਸਹੀ ਕਹਿ ਰਿਹਾ ਮੈਂ ਹੁਣ ਬਾਹਰ ਵੇਖ ਕੇ ਆਇਆ ਮੈਂ ਉਦਾਂ ਹੀ ਚੁੱਪ ਕਰਕੇ ਅੰਦਰ ਆ ਗਿਆ ਮੈਂ ਕਿਹਾ ਮੈਂ ਕੀ ਕਵਾਂ ਲੱਗਾ ਵਾ ਤੇ ਮੈਂ ਕਿਹਾ ਹਾਂ ਅੱਜ ਤੇ ਨਹੀਂ ਪੂਰਾ ਹੋਣਾ ਮੈਂ ਕਿਹਾ ਮੈਂ ਅੱਜ ਮੈਨੂੰ ਪਤਾ ਇਹ ਪਤਾ ਨਹੀਂ ਕਦੋਂ ਪੂਰਾ ਹੋਣਾ ਹੁਣ ਯਾਰ ਉਹ ਆਪਣਾ ਜੇਤੀ ਜੇਤੀ ਕਰੋ ਮੈਂ ਕੰਮ ਕਰਨਾ ਯਾਰ ਜਿਹੜਾ ਅੱਛਾ ਅੱਛਾ ਫਿਰ ਆਊਗਾ ਨਾ ਲੋਕੀ ਆ ਕੇ ਬੰਦਾ ਕਹਿੰਦਾ ਨਾ ਯਾਰ ਤੁਸੀਂ ਕੋਈ ਕੰਮ ਸ਼ਮਦ ਨਹੀਂ ਕਰਨਾ ਮੈਂ ਜ਼ਰਾ ਕਿਲ ਠੋਕਰਾਂ ਅਤੇ ਆਵਾਜ਼ ਆਉਣੀ ਹੈ ਨਹੀਂ ਇੱਦਾਂ ਨਹੀਂ ਕਹਿੰਦਾ ਓਏ ਯਾਰ ਸ਼ੋਅ ਕਰਨਾ ਤੁਸੀਂ ਮੈਂ ਕਿਹਾ ਕਿਉਂ ਮੈਂ ਜ਼ਰਾ ਠੁੱਕ ਠੁੱਕ ਕਰਨੀ ਸੀ ਠੁੱਕ ਠੁੱਕ ਕਹਿੰਦਾ ਕਹਿੰਦਾ ਮੈਂ ਠੁੱਕ ਠੁੱਕ ਕਰਨੀ ਸੀ ਅਤੇ ਫਿਰ ਤੁਸੀਂ ਕਹਿਣਾ ਨਾ ਕਰ ਪਰਸੋਂ ਉਸਤਾਦ ਜੀ ਬਣਾਉਣ ਡਿਆ ਫਰਿੱਜ ਦਾ ਫਰੇਮ ਨਹੀਂ ਤੁਸੀਂ ਕਿਹਾ ਫਰੇਮ ਬਣਾਇਆ ਵਾ ਤੇ ਹੁਣ ਕੱਲ ਮੈਨੂੰ ਕਹਿਣ ਡਿਆ ਯਾਰ ਇਹ ਕੱਟਣਾ ਪੈਣਾ ਇੱਕ ਦਿਨ ਬਣਾਉਣ ਤੇ ਇੱਕ ਦਿਨ ਕੱਟਣਾ ਫਰਿੱਜ ਦੇ ਥੱਲੜਾ ਓਏ ਉਹ ਵੀ ਉਹ ਹਿੱਲਦਾ ਹੀ ਨਹੀਂ ਮਜ਼ਬੂਤ ਵੇਖਿਆ ਹਾਥੀ ਖੜਾ ਕਰ ਲਾ ਉਹਦੇ ਨਹੀਂ ਨਹੀਂ ਫਰਿੱਜ ਮੈਂ ਇੱਕ ਦਿਨ ਉਹਨਾਂ ਨੂੰ ਕਹਿਤਾ ਸਤਾਨ ਨੂੰ ਮੈਂ ਕਿਹਾ ਬਜ਼ੁਰਗ ਉਹ ਭੈਣ ਬੁਲਾ ਰਹੇ ਤੁਸੀਂ ਬੁਲਾ ਤੇ ਅਗਲੇ ਦਿਨ ਮੈਨੂੰ ਕਹਿੰਦੇ ਤੂੰ ਮੇਰੇ 'ਚ ਕੀ ਬਜ਼ੁਰਗ ਵਾਲਾ ਦੇਖਿਆ ਮੈਂ ਕਿਹਾ ਉਹ ਸਾਰੇ ਤੁਹਾਨੂੰ ਭਾਜੀ ਭਾਜੀ ਕਹਿੰਦੇ ਤੂੰ ਮੈਂ ਬਜ਼ੁਰਗ ਕਹਿਤਾ ਕਹਿੰਦਾ ਮੇਰੀ ਉਮਰ ਠੀਕ ਆ ਹਾਲੇ ਕਹਿੰਦਾ ਮੈਂ ਮੈਨੂੰ ਕਹਿੰਦਾ ਕਰ ਲਓ ਗੱਲ ਮੈਂ ਕਿਹਾ ਕੀ ਹੋਇਆ ਕਹਿੰਦਾ ਇੱਕ ਲੱਤ ਵੱਡੀ ਰੱਖੀ ਗਈ
सोचना पहले जे मैं तेन कह रहा फरीद इस टाइम ना तू इदा कर चौंक चो चाह फड़ लिया बस हुण तू कुछ नहीं सोचना अच्छा तू मैनू पहले सिट कहना खाली प्लाट आ जी उत्थे को कुत्ते शुत्ते मैं पै गए थे मैं कहूँ यार नहीं पे सारी ट्रैफिक जा रही नहीं मैं गल कर रहा पै भी सकते मैं कहूँ यार तू एक क्यों सोचता वा नैगेटिव क्यों सोचता तू तू पॉजिटिव सोच इट्टा अच्छा तू कारीगर नादरी यकीन करो कोई ये नहीं कि भी वो कंड सुन दी बहर बैठा प्रोग्राम वेखेगा तेन पता लगेगा मैं की क्या मैं ऐसा मतलब कि जगाड़ बंदा और काम कर दिया मैं देसी बंदा जरा मैनुअल काम करने वाला इन्ना डीप जाके चीज़ बनाउंदा या उदी परफेक्शन या उदी गलबात मैं नहीं वेखे यकीन करो मैं बड़े बड़े कारीगर देखे क्या बात मैं उदों दा देखा जो मैं छोटा जिहा सी ना ते मैं दी दुकान ते बैठे उन्हें डैक बनाउंदा हुंदा सी मैनुअल ते यकीन कर डैक जो सारा तैयार कर लैंदा सी ना एक तार उदी इंज नहीं सी हुंदा कि इत्थों ना सीधी इंज करके तार लाती ना इन्हें तार इधरों अगर डैक की इधर नुक्कर तो इधर लैके जाने ना इन्हें डैक के नुक्कर जो ना समाधि जी खिलारी होंगी सी उतों इंज थले लैके जानी तार समाधि के विचों पा के इंज करके इंज लिया के इंज इतने टांका लाना यानी तू तो ढक्कन खोलना ना डैक का ढक्कन खोल के लोग दस देते अजू इदा बने एक तार खुली नहीं छी ना ना एक तार तेन इंज एवं नज़र नहीं होनी कि इंज करके है इस तरह का काम करता सी तू हाँ लेकिन काम उदो करता सी जो शौक अगले नूं मुक जांदा सी ओह कहिंदा सी आ कहिंदा बनाता डैको कहिंदा बनाता मैं करां दे दे किसे नूं यार भतीजें दे दे मेरे उदो दिंदा सी यकीन कर सही गल लेकिन यह कि साह जी काम तौबा दा मुकाम आपां वी करिए कुछ हाँ जी बिस्मिल्ला चलो जी उस्ताद जी अखां बंद करना उस्ताद जी अखां बंद करो इहनूं चुम्मी लैणी जी उस्ताद जी तुहाडे लई गिफ्ट आया उस्ताद जी कोई चीज़ हाँ जी उस्ताद जी मेरे यार है सनी भाई ₹1000 दूंगा छोटा परफ्यूम है जेड़ा एडा हुंदा ओ अतर अतर नहीं हां एदे विच अतर नहीं फ्रिज 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 है यार ना फ्रिज दस ते ना फ्रिज एडी छोटी हुंदी 2.5 इंच दी एलसीडी है भाई हैं 2.5 इंच दी एलसीडी है सही ਤੁਸੀਂ ਬੁੱਝੋ ਮੈਂ ₹1000 ਦਊਂਗਾ ਲੈਟਰ ਤੁਸੀਂ ਵੇਖ ਲਿਆ ਉਹਨੇ ਦੱਸਿਆ ਕਿ ਕਿੰਨੇ ਰੁਪਏ ਸਹੀ ਉਹਨੇ ਦੱਸਿਆ ₹1000 ਨਹੀਂ ਸਹੀ ਇੱਕ ਹਜ਼ਾਰ ਲੈਟਰ ਸਹੀ ਉਹਨੇ ਦੱਸਿਆ ਲੈਟਰ यार मैं एक होर गल करता सी दुबई ना मेरे बड़े अच्छे दोस्त यूके तो सी जुबैर साहब सी ठीक है ना ते उन्हां दा मेरे को नंबर मिस हो गया अगर वो मेरा शो वेख रहे ने ना ते प्लीज मैनू ईमेल करन उस ईमेल ते मेरे ते या dmsajad01@gmail.com ते मैनू ईमेल करन जुबैर साहब यूके तो आए थे दुबई बड़ा अच्छा उन्होंने वक्त गुजरिया सी वो मेरे वास्ते लैटर लैके आए थे मेरे को उन्हों का नंबर मिस हो गया तो मेरे को कोई सोर्स ऐसा नहीं गा कि मैं उन्होंने नंबर कितों लै सकां अगर वो सुन रहे ने तो मैं जरूर मैं मैसेज करना मेरे भी एक दोस्त लैटर लिया कोई सत्तवां अठवां हुण पिछले शो च गल हो रही थी ना याददाश्त की आ कोई सत्तवां अठवां लैटर आ मेरा ठीक है जी लैटर बना उस्ताद जी 79 बंदे दी टीम उन्हें सिलेक्ट कीती कि लैटर बनाना जानी साहब लई कैनेडा तो भेजिया मेरे तक पहुंच गया
काफी आ हकीकत आ ਇਹ ਹਕੀਕਤ ਆ ਕਿ ਸਨੀ ਭਾਈ ਨੇ ਭੇਜਿਆ ਮੈਂ ਕਿਉਂਕਿ ਤਿੰਨ ਚਾਰ ਚੀਜ਼ਾਂ ਐਸੀਆਂ ਨੇ ਫੈਸਲ ਨੂੰ ਪਤਾ ਵਾ ਕਿ ਵੀ ਮੈਂ ਜਿਹਨਾਂ ਦਾ ਬਹੁਤ ਮਤਲਬ ਮੇਰੇ ਕੋਲ ਹੋਣ ਤੇ ਮੈਂ ਇੱਕ ਲੈਟਰ ਇੱਕ ਲੇਜ਼ ਇੱਕ ਫੁੱਲ ਬੋਕਰ ਦੇ ਫੁੱਲ ਚੜ ਪਤਾ ਕੀ ਉਸਤਾਦ ਜੀ ਮੇਰੀ ਗੱਲ ਕਿੱਥੇ ਜ਼ਿੱਪੋ ਕਿੱਥੇ ਫੁੱਲ ਬੋਕਰ ਫੁੱਲ ਬੋਕਰ ਮੈਂ ਕੀ ਕਰਨਾ ਉਸਤਾਦ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਸਹੀ ਮੇਰੀ ਗੱਲ ਯਾਰ ਉਹ ਬੰਦਾ ਸਵੇਰੇ ਫਰੀਦ 9 ਵਜੇ ਨਾ ਯਾਰ ਬਸ ਕਰ ਦੇ ਯਾਰ उस बंदे ने उथों लैके भेजिया ते मैनूं इत्थे फैसलाबाद बैठे नूं ऐ मिल गया को कट ऐवें अगो शो ही करके नासी बंदे उन्होंने बुलाए रोटी खान गए दो घंटे खलोता रहा बेचारा वेखो ना यार गल नहीं दो मैं बहरहाल इत्थे तक ही राजी हाँ कि मैनूं सनी भाई ने लैटर भेजे लेकिन उन्हें लैटर जिदा लिया सुनना पैना तुहानूं फिर उस तों बाद एक महीना दोबारा गया फिर वह बंदे जिन्हें वेली छुट्टी से न्यूट्रल जी ना कसोटी खेडो जी करोड़पति एक एक गड्डी इन के दवांगा दूसरे नंबर से उस्ताद जी उन्होंने यह भी कहा कि बिजनेस करो मैं ट्रेन लैके दे रहे हैं उस्ताद जी मैं तो फैसला बाद लिए पाया कर पहले तो ट्रेन हो तो सही किसी को ट्रेन कितों पानी तो कितने फैसला बाद लिए अपनी 17 डब्बे चले ले ओ ट्रेन ले ना उनको बच्चे लवा ली ओ भाई अपना भाई करो ट्रैक ही नहीं है रेलवे दा ते जिथे मन ट्रेन लेके देणगे ट्रैक नहीं देणगे ना नाल लेना भी दे यार ओ जदो डब्बा खोलो ना ओते थल्लेओ लेना भी निकलदियां ने ओ फिर लेना जोड़ नहीं लईदियां सही गल उन्होंने कहा उस्ताद जी ਤਾਈ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਯਾਰ ਮੈਨੂੰ ਸਾਰਿਆਂ ਨਾਲ ਮੁਹੱਬਤ ਹੈ ਕਹਿੰਦਾ ਮੈਂ ਤੁਹਾਨੂੰ ਨਾ ਚਾਰਾਂ ਜਣਿਆਂ ਨੂੰ ਇੰਬਲੀ ਡਮੀ ਦੋ ਦੋ ਚੂਹੀਆਂ ਲੈ ਦਿੰਦਾ ਵਾ ਦੋ ਦੋ ਚੂਹੀਆਂ ਨਹੀਂ ਹੁੰਦੀਆਂ ਜਿਹੜੇ ਮੰਗਣ ਵਾਲੇ ਪਿੱਛੇ ਮੈਂ ਲਿਖਾਊਂਗਾ ਜਾਨੀ ਦੀਆਂ ਚੂਹੀਆਂ नंबर लाए हो मेरी 38-72 चुई नहीं आई हल्ले तंदूर पा दी तंदूर पा दी तंदूर नहीं कोई दफ्तरी ट्रेन तेन लैके देने छत पवा के देने या कपड़े की पाने छत ओरी पई है बस लिपन वाली सवारियां उन्होंने के तेरिया मेरे माई बाप हो मैनू खुदा दी कसम बड़ी मुहब्बत है उस्ताद अपने मैनू कोई कवे ना मैनू उस्ताद जी कहणगे फैसल दुनिया छड्ड दे मैं कसम छड्ड देनी है ਮੈਨੂੰ ਇੰਨਾ ਪਿਆਰ ਹੀ ਸੱਚਾ ਪਿਆਰ ਉਸਤਾਦ ਜੀ ਵੇਲਾ ਉਹਨਾਂ ਨੇ ਮੈਨੂੰ ਕਿਹਾ ਉਸਤਾਦ ਜੀ ਮੇਰੀ ਗੱਲ ਸੁਣੋ ਮੇਰੇ ਤਿੰਨ ਦੋਸਤ ਹੈ ਯਾਰ ਇਹ ਗੱਲ ਕਰਕੇ ਨਿਬੇੜੋ ਇਸ ਗੱਲ ਉਸਤਾਦ ਜੀ ਡੇਲੀ ਕਹਿੰਦਾ ਨਹੀਂ ਮੈਂ ਅੱਗੇ ਸਿਗਰਟ ਛੱਡਣ ਲਈ ਕਹਿ ਕੇ ਵੀ ਛਿੱਤਰ ਕਰ ਦੇ ਨਹੀਂ ਉਸਤਾਦ ਜੀ ਮੈਂ ਜੈਨੂਅਨ ਕਹਿ ਰਿਹਾ ਉਸਤਾਦ ਜੀ ਤੇਰੀ ਵਫਾਦਾਰੀ ਮੰਨ ਗਏ ਯਾਰ ਮੇਰੇ ਤਿੰਨ ਦੋਸਤ ਹੈ ਯਾਰ ਸਨੀ ਭਾਈ ਨੇ ਉਸਤਾਦ ਜੀ ਰਿਕੁਐਸਟ ਕੀਤੀ ਹੈ ਕਿ ਜਿੰਨਾ ਪੈਸਾ ਲੱਗੇਗਾ ਮੈਂ ਲਵਾਂਗਾ ਜਾਨੀ ਸਾਹਿਬ ਦੀ ਸਰਜਰੀ ਕਰਾ ਦੋ ਪਲਾਸਟਿਕ ਸਰਜਰੀ ਹਾਏ 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 ਫਰੀਦ ਇਹ ਜ਼ਰੂਰੀ ਹੈ ਯਾਰ ਮੰਗਣੀ ਪੈਣੀ ਹੈ ਯਾਰ ਪਲਾਸਟਿਕ ਸਰਜਰੀ ਆਹੋ ਉਹ ਕੀ ਹੋਇਆ ਉਹਨਾਂ ਨੂੰ ਸਰਜਰੀ
ਸਰ ਬਹੁਤ ਸ਼ੁਕਰੀਆ ਤੁਹਾਡਾ, ਬੜੀ ਮਿਹਰਬਾਨੀ। ਹੈਲੋ ਯਾਰ, ਉਹ ਸਰਜਰੀ ਹੋਣੀ ਕਿੱਦਾਂ ਵਾ? ਉਹ ਯਾਰ ਪਲਾਸਕਟ ਸਰਜਰੀ, ਉਹ ਕਿੱਦਾਂ ਵਾ? ਇੰਨੇ ਪੈਸੇ ਲੱਗਣੇ ਉੱਤੇ, ਉਹ ਪਲਾਸਕਟ ਅਸੀਂ ਆਪਣਾ ਲੈ ਕੇ ਜਾਣਾ ਵਾ। ਬੋਲਦਾ ਤੇ ਢੱਕਣ ਉਹਨੂੰ ਮੈਂ ਕਿੰਨਾ ਪੂਰਾ ਕੋਠਾ ਗਿਆ। ਉਹ ਕਿਹੜਾ ਪਲਾਸਕਟ? ਨਹੀਂ ਉਸ ਤਰ੍ਹਾਂ ਵੈਸੇ ਸਰਜਰੀ ਹੋ ਜਾਣੀ ਚਾਹੀਦੀ ਯਾਰ। ਸਰਜਰੀ ਤੂੰ ਵੇਖਦੇ ਸੀ ਉਸਤਾਦ ਜੀ ਦੀ ਯਾਰ, ਪਤਾ ਕੀ ਬੰਦਾ ਉਸਤਾਦ ਜੀ, ਅੱਲਾ ਦੁਨੀਆ ਮੰਨਦੀ ਮੇਰੇ ਉਸਤਾਦ, ਸੁਪਰ ਸਟਾਰ ਨੇ, ਸੁਪਰ ਡੁਪਰ ਸਟਾਰ ਨੇ ਮੇਰੇ ਉਸਤਾਦ ਜੀ। ਨਹੀਂ ਮੇਰੀ ਕਾਹਤੋਂ ਸਰਜਰੀ ਹੋਣੀ? ਉਹ ਪਾਏ ਨੂੰ ਜਿੱਦਾਂ ਇੰਜ ਪੈਰ ਨਾਲ ਨੱਪ ਕੇ ਨੀ ਡਸਟਬਿਨ ਖੋਲਦੀ, ਓਦਾਂ ਦਾ ਤੁਹਾਡਾ ਮੂੰਹ ਆ, ਤੁਸੀਂ ਕਰਾ ਲਓ ਸਰਜਰੀ। ਨਹੀਂ ਹੋਣੀ ਆਪਾਂ, ਬੜੀ ਮੁਹੱਬਤ ਕਰਦੀ ਤੂੰ ਲਿਆ ਉਸਤਾਦ ਜੀ। ਤੇ ਬੱਚੇ ਸਹੀ ਗਏ ਨੇ, ਬੜਾ ਮੋਗੇ ਵਰਗਾ ਮੂੰਹ ਤੁਹਾਡਾ, ਸਰਜਰੀ ਕਰਾ ਲਓ। ਉਹ ਤਾਂ ਸਰਜਰੀ ਕਿੱਥੋਂ ਦੀ ਕਰਾਵਾਂ? ਨੱਕ ਦੀ ਕਰਾਉਣੀ, ਸਾਰੇ ਜਿਸਮ ਹੋਂਟਾਂ ਦੀ ਕਰਾਉਣੀ। ਮਾਈਕਲ ਜੈਕਸਨ ਸਾਹਿਬ ਨੇ ਨੱਕ ਦੀ ਕਰਾਈ ਸੀ। ਨਹੀਂ ਸਾਰੇ ਮੂੰਹ ਦੀ ਭੈਣ ਕਰਾਓ, ਤਲਿਆ ਨਾਨ ਜਦੋਂ ਖਾ ਲਓ ਉਹ ਖਬਾੜ ਤੇ ਘਿਓ ਘਿਓ ਨਹੀਂ ਲੱਗਾ ਹੁੰਦਾ, ਓਦਾਂ ਦਾ ਮੂੰਹ। ਪੁਰਾਣੇ ਪੇਸ਼ੈਂਟਾਂ ਦੇ ਪ੍ਰਣਾਲੇ ਨਹੀਂ ਹੁੰਦੇ, ਪੁੰਜਦਾ ਕਰਕੇ ਜਿਹੜਾ ਰੇਤ ਤੇ ਬਹਿ ਕੇ ਉੱਠੋ ਤੇ ਜਿਹੜਾ ਬਣਦਾ ਸੱਚਾ ਪਿਆਰ ਹੈ ਯਾਰ। ਕਹਿਣ ਦਿਆ ਥੋੜੀ ਦੇਰ ਪਹਿਲੋਂ ਕੀ ਕਿਧਰ ਗਾ ਮੂੰਹ? ਯਾਰ ਮੂੰਹ ਜਿੱਦਾਂ ਦਾ ਵੀ ਬੁਲਾਇਆ ਰੱਬ ਲੇ ਬਾ ਯਾਰ, ਉਹ ਦਾਲ ਬਾਲ ਵਾਲਾ ਬੰਬੂ ਆ, ਉਹ ਜਿੱਦਾਂ ਦਾ ਵੀ ਫਰੀ ਰਹਿ ਤੇ ਮੇਰੇ ਉਸਤਾਦ ਵਾਲਾ ਬਾਈ ਸਲੀ ਬਾਈ ਨੇ ਕਿਹਾ ਕਿੱਡੇ ਪੈਸੇ ਲੱਗਦੇ, ਮੈਂ ਕਰਾਊਗਾ ਯਾਰ ਸਾਲ ਆਪਣੀ ਸਰਜਰੀ। ਯਾਰ ਉਹਨਾਂ ਦਾ ਮੂੰਹ ਇਦਾਂ ਦਾ ਨਹੀਂ ਹੈਗਾ, ਵੱਖਰੀ ਗੱਲ, ਸੜਕ ਤੇ ਸਾਲਾਂ ਰੁੜੇ ਹੋਵੇ ਚੁੱਕੀ ਹੈ ਥੱਲੋਂ ਨਿਸ਼ਾਨ, ਇਦਾਂ ਦਾ ਮੂੰਹ ਬਣਦਾ ਵਾ? ਤੂੰ ਰਹਿਣ ਦੇ ਨਾ ਮੂੰਹ ਦੀ ਗੱਲ ਕਰ। ਸਰਜਰੀ ਕਰਾਣੀ ਓ ਕਰਾਣੀ ਆ, ਉਹ ਅਰਬੀ ਚ ਨੀ ਪੰਜ ਲਿਖਿਆ ਹੁੰਦਾ, ਪੁੱਠੇ ਦਿਲ ਵਰਗਾ ਮੂੰਹ ਆ ਮੈਂ, ਸਹੀ ਗੱਲ, ਸਰਜਰੀ ਕਰਾ ਲੈ। ਨਹੀਂ ਭੈਣ ਵਾਕੇ ਖਾਲੀ ਕਿਉਂ ਦਾ ਟੀਨ ਵੇਖਿਆ ਤੁਸੀਂ? ਹਾਂਜੀ, ਉਹਨੂੰ ਥੋੜੇ ਮਾਰ ਮਾਰ ਕੇ ਚਿੱਪਾ ਕਰ ਦੋ, ਸਰਜਰੀ ਬਣਦੀ। ਸੱਚੀ ਮੁਹੱਬਤ ਹੈ ਤੁਹਾਡੇ ਨਾਲ ਮੈਨੂੰ। ਚਲੀ ਬਾਈ ਕਹਿੰਦੇ ਜਿੰਨੇ ਰੁਪਈਏ ਲੱਗ ਉਹ ਸੁਨਿਆਰੇ ਕੋਲ ਜਿਹੜੇ ਦੀਵੇ ਹੁੰਦੇ, ਕਸਮ ਵਾਲੀ ਗੱਲ ਆ ਫਰੀਦ, ਬੂਟ ਵੇਖੇ ਬੂਟ, ਉਹ ਜਦੋਂ ਸੋਲ ਫਟਦਾ ਇੰਜ ਹੁੰਦਾ, ਫੜ ਤੂੰ ਦੇ ਦੀ ਉਹਨਾਂ ਨੂੰ, ਅਜੇ ਦੀ ਸਣੀ ਭਾਈ ਨੂੰ ਮੈਂ ਲੈਂਦਾ, ਉਹ ਮੈਂ ਨੀ ਲੈਂਦਾ, ਪਿਆਰ ਨਾ ਆ, ਪਿਆਰ ਨਾ ਵਾ ਕਹਿੰਦਾ, ਪਲਾਸਟਿਕ ਦੀ ਆਪਣੀ ਖੜਨੀ ਕੀ, ਪਲਾਸਟਿਕ ਖੜਨੀ ਆ, ਸਰਜਰੀ ਨਹੀਂ ਕਰਨੀ ਉਸਤਾਦ ਜੀ, ਅਤੇ ਕਾਹਦੇ ਲਈ ਉਹ ਕੀ ਖੜਨਾ, ਪਲਾਸਟਿਕ ਕਿੱਥੋਂ ਲੈਣੀ, ਟੱਕਣ ਟੁੱਕਣ ਮੈਂ ਇਕੱਠੇ ਕੀਤੇ ਇਹਦੇ ਨੂੰ, ਪਲਾਸਟਿਕ ਹੀ ਲਿਜਾਣਾ ਵਾ ਤੇ ਪਿਆਰ ਨਾਲ ਦਿੱਤਾ ਤਾਂ ਸਵੇਰ ਤੇ ਯਾਰ ਫੈਸਲੇ ਸਾਰੀ ਸਰਜਰੀ ਜ਼ਰੂਰੀ ਹੈ, ਪਲਾਸਟਿਕ ਦੀ ਬੋਤਲ ਚੁੱਲ੍ਹੇ ਉੱਤੇ ਰੱਖੋ, ਉਹ ਜੁੰਗਲ ਨਹੀਂ ਜਾਂਦੀ, ਹਾਂ ਉਹ ਕਿਹਦਾ ਹੋ ਗਿਆ, ਮੈਨੂੰ ਬਖਸ਼ੇ ਨਾ, ਮੈਨੂੰ ਤੁਹਾਡੇ ਨਾਲ ਸੱਚੀ ਮੁਹੱਬਤ ਜੇ, ਕਸਮ ਖੁਦਾ ਦੀ ਗਿੱਲੀ ਰੇਤ ਤੇ ਬਹਿ ਕੇ ਉੱਠੋ, ਉਜਦਾ ਮੈਨੂੰ ਇੰਨੀ ਮੁਹੱਬਤ ਤੁਹਾਨੂੰ ਬਾਵਾ ਨਾਮ ਲੈ ਉਸਤਾਦ ਦੀਆਂ ਬਰਾਬਰ ਨੀ ਹੈਗੀ ਆ, ਪੌੜੀ ਤੇ ਚੜੀ ਆ ਨਾ ਉਹ ਐਂਡ ਵਾਲੀ ਗੁੱਲੀ ਜਿਹੜੀ ਹੁੰਦੀ ਆ, ਉਹ ਜਿਹਦਾ ਮੂੰਹ ਉਸਤਾਦ ਦਾ ਯਾਰ ਕੀ ਬਗੈਰਤੀ ਹੈ ਯਾਰ, ਕਰਾਣੀ ਕਰਾਣੀ ਸਰਜਰੀ ਭਾਈ ਬਣਦੀ ਯਾਰ, ਬਣਦੀ ਯਾਰ, ਲੇਕਿਨ ਤੇਰੀ ਮੁਹੱਬਤ ਜਿਹੜੀ ਨਾ ਉਹ ਸਹੀ ਵਾਜ਼ਿਆ ਨਹੀਂ ਨਜ਼ਰ ਆਉਂਦੀ, ਅੱਲਾ ਪਾਕ ਮੇਰੇ ਉਸਤਾਦ ਦੀ ਲੰਬੀ ਜ਼ਿੰਦਗੀ ਕਰੇ ਯਾਰ, ਵੇਖ ਤਾਂ ਸਹੀ ਯਾਰ, ਵਾਹਵਾ ਹੋਏਗੀ ਯਾਰ, ਅੱਲਾ ਮਾਫ਼ੀ ਦੇਵੇ, ਉਹ ਦੇਖ ਚੁੱਕਣ ਵਾਲੇ ਬਾਅਦ ਨਹੀਂ ਹੁੰਦੇ ਜਿਹੜੇ, ਮੈਨੂੰ ਮੇਰੇ ਉਸਤਾਦ ਨਾਲ ਅੱਲਾ ਜ਼ਿੰਦਗੀ ਕਰੇ ਮੇਰੇ ਉਸਤਾਦ ਦੀ, ਟੋਟਲੀ। ਅੱਛਾ ਕੀ ਕਰਾਉਣਾ, ਮਤਲਬ ਇਹਨੂੰ ਕੀ ਕਰਾਉਣਾ, ਸਰਜਰੀ ਕਰਾ ਕੇ ਕਿੱਦਾਂ ਦਾ ਹੋਵੇ?
ਸਰਜਰੀ ਕਰਾ ਕੇ ਤੁਹਾਨੂੰ ਫੇਸ ਯਾਨੀ ਚਿੱਟਾ ਹੋਵੇ ਇੱਕ ਤੇ ਸਰਜਰੀ ਨਾਲ ਚਿੱਟਾ ਕਿਹੜਾ ਹੁੰਦਾ ਮਾਈਕਲ ਜੈਕਸਨ ਦਾ ਕੀ ਮਤਲਬ ਮਾਈਕਲ ਜੈਕਸਨ ਨੇ ਨੱਕ ਛੋਟਾ ਕਰਾਇਆ ਸੀ ਉਹ ਨਹੀਂ ਵਾਈਟ ਵੀ ਹੋਏ ਸਨ ਹਾਂ ਲੇਕਿਨ ਉਹ ਸਰਜਰੀ ਨੱਕ ਦੀ ਹੁੰਦੀ ਆ ਰੋਣ ਸਾਲਿਆਂ ਤੋਂ ਅੱਖਾਂ ਚ ਦਿਆਂ ਵਾ ਅਥਰੂ ਕਲਮਾਂ ਚੋਂ ਨਿਕਲ ਹੁੰਦੇ ਪੁਰਾਣੇ ਤਾਲੇ ਵਿੱਚ ਕਿਸੇ ਚ ਚਾਬੀ ਪਾ ਕੇ ਇੱਦਾਂ ਕਰੀ ਦਿੱਤੀ ਉਹ ਜਦੋਂ ਖੁੱਲਦਾ ਵਾ ਉਹ ਜਦੋਂ ਮੂੰਹ ਸਾਫ਼ ਸਾਜੀ ਮੈਨੂੰ ਵੀ ਰੋਣ ਆ ਗਏ ਤੂੰ ਨੀ ਮੈਨੂੰ ਪਿਆਰ ਕਰਦਾ ਤੂੰ ਨੀ ਮੈਨੂੰ ਨਫ਼ਰਤ ਕਰਦਾ ਨਾ ਹਨਾ ਵੇਖ ਲਾ ਉਹ ਕਿੰਨੀ ਕਰਨ ਦਿਆ ਯਾਰ ਫੈਸਲ ਤੇਰੀ ਮੁਹੱਬਤ ਹਲੇ ਦੀ ਕਰ ਉਸ ਤਰ੍ਹਾਂ ਜਿੱਦਾਂ ਇਖਲਾਸ ਹੁੰਦਾ ਨਾ ਮੁਹੱਬਤ ਚ ਉਹ ਨਹੀਂ ਹੈਗਾ ਪਲੀਜ਼ ਭਾਈ ਚੇਂਜ ਕਰਾ ਦੇਣਾ ਉਸਤਾਦ ਆਪਣਾ ਉਸਤਾਦ ਚੇਂਜ ਕਰਾ ਦੇਣਾ ਕੋਈ ਕਹੇ ਨਾ ਉਹ ਸਿਰਫ ਨੱਕ ਤਿੱਖਾ ਕਰਾ ਲਓ ਤੁਹਾਡਾ ਨੱਕ ਜਿਹੜਾ ਨਾ ਉਹ ਨੀ ਸਹੀ ਹੈਗਾ ਮੇਰਾ ਨੱਕ ਬਹੁਤ ਤਿੱਖਾ ਸੀ ਹੋਟ ਵੀ ਸਹੀ ਮੇਰਾ ਨੱਕ ਬਹੁਤ ਤਿੱਖਾ ਸੀ ਏਜ ਦੇ ਨਾਲ ਨਾਲ ਦੋ ਤਿੰਨ ਚੀਜ਼ਾਂ ਐਸੀਆਂ ਜਿਹੜੀਆਂ ਵੱਧਦੀਆਂ ਨੇ ਕੰਨ ਨੱਕ ਏਜ ਦੇ ਨਾਲ ਨਾਲ ਵੱਡੇ ਹੁੰਦੇ ਨੇ ਮੇਰਾ ਤਿੱਖਾ ਮੈਂ ਤਸਵੀਰ ਹੁਣੇ ਲਾਉਣਾ ਮੇਰੀ ਤਸਵੀਰ ਦੇਖਣਾ ਉਹ ਚ ਮੇਰਾ ਨੱਕ ਦੇਖਣਾ ਮੈਂ ਤਸਵੀਰ ਲਾਉਣਾ ਦੇਖੋ ਜ਼ਰਾ ਆਹ ਦੇਖੋ ਚਲੋ ਇਹ ਤਾਂ ਹੁਣ ਤਿੱਖਾ ਨੱਕ ਸੀ ਏਜ ਦੇ ਹਿਸਾਬ ਨਾਲ ਇਹ ਇਹ ਮਤਲਬ ਹਰ ਇਨਸਾਨ ਦਾ ਹੁੰਦਾ ਵਾ ਏਜ ਜਿਉਂ ਜਿਉਂ ਵੱਧਦੀ ਹੈ ਨਾ ਕੰਨ ਤੇ ਨੱਕ ਇਹ ਵੱਡੇ ਹੁੰਦੇ ਨੇ ਇਹ ਲਾਈਫ ਟਾਈਮ ਹੁੰਦੇ ਰਹਿੰਦੇ ਵੱਡੇ 78 ਸਾਲ ਦਾ ਜਦੋਂ ਹੋ ਜਾਂਦਾ ਨਾ ਬੰਦਾ ਨੱਕ ਹੋ ਜਾਂਦਾ ਕਿੰਨੇ ਸਾਲ ਦਾ 78 ਸਾਲ ਦਾ ਰਾਜੀ ਨਵੇਂ ਦੰਦ ਵੀ ਪੁਆਲੇ ਲੈ ਤੁਹਾਡੇ ਪੈ ਸਹੀ ਗੱਲ ਉਹਦੇ ਘਰ ਮੈਂ ਚਾਬੀਆਂ ਟੰਗਦਾ ਮੁੱਛਾਂ ਦੇ ਬੜੀਆਂ ਛੱਲੇ ਬਣਾਏ ਐ ਕਰ ਦੋ ਮੋਰੀਆਂ ਵਾਲਾ ਚੁੱਲ੍ਹਾ ਨੀ ਹੁੰਦਾ ਓਦਾਂ ਦਾ ਨੱਕ ਬਸ ਕਰਦੇ ਯਾਰ ਤੁਸੀਂ ਕੀ ਜੁਗਤਾਂ ਯਾਰ ਨਹੀਂ ਨਹੀਂ ਸਾਜੀ ਇਹ ਤੇ ਹੁਣ ਉਹਦਾ ਪਿਆਰ ਜਿਹੜਾ ਫਿਰ ਇਹਦਾ ਫਿਊਲ ਕਿੱਥੇ ਹੈ ਜਿਹੜਾ ਚ ਪਾਉਣਾ ਇਹ ਫਿਊਲ ਹੁਣ ਉਹ ਵੀ ਭੇਜਣ 700 ਰੁਪਏ ਵਾਲਾ ਹਾਂ ਫਿਊਲ ਤੇ ਇਹਦਾ ਹੁੰਦਾ ਨਾ ਨਾਜ਼ਰੀ ਨਾ ਦੇਖੋ ਸਾਜੀ ਫਿਊਲ ਤੇ ਉਹਦੇ ਨਾਲ ਸਿੱਕੇ ਹੁੰਦੇ ਨੇ ₹75 ਵਾਲੀ ਚੀਜ਼ ਉਹ ਨੀ ਦਿੱਤੀ ਤੇ ਉਹਨਾਂ ਨੇ ਕਹੀ ਜਾਣਾ ਲੋ ਉਹ ਭੇਜੀ ਨੀ ਨਾਲ ਫਾਇਦਾ ਆਹੋ ਕਈ ਸਾਡੇ ਦਾ ਤੇ ਬੰਦੇ ਵੀ ਕੀੜਾ ਕੀੜੇ ਪਾਉਣੇ ਆ ਉਹਨਾਂ ਨੇ ਮੁਹੱਬਤ ਨੀ ਕਈ ਘਰਾਂ ਦੇ ਵਿੱਚ ਤੂੰ ਮਤਲਬ ਕਿ ਖਾਸ ਤੌਰ ਤੇ ਜਿਹੜੇ ਆਪਣੇ ਸਮਦੀ ਟੈਪ ਹੁੰਦੇ ਨੇ ਜਿਹੜੇ ਲੋਕਾਂ ਦੇ ਕੁੜਮ ਕੁੜਮ ਉਹਨਾਂ ਦੇ ਘਰ ਤੂੰ ਲੈ ਜਾ ਵੀ ਮਠਿਆਈ ਲੈ ਜਾ ਫਲ ਲੈ ਜਾ ਜੋ ਮਰਜ਼ੀ ਲੈ ਜਾ ਕਿਤੇ ਨਾ ਕਿਤੇ ਉਹਨਾਂ ਨੇ ਕੀੜੇ ਪਾਉਣੇ ਠੀਕ ਹੈ ਨਾ ਮਤਲਬ ਉੱਥੇ ਐਵੇਂ ਕਹੀ ਜਾਣਾ ਲੈ ਵੇਖ ਛਾਪਰ ਤੇ ਵੇਖ ਲੈ ਵੀ ਤੁਸੀਂ 1500 ਦਾ ਫਲ ਲੈ ਲਿਆ ਉੱਥੋਂ ਤੁਸੀਂ 20 ਦੇ ਛਾਪਰ ਦੂਜੇ ਨਵੇਂ ਲੈ ਸਹੀ ਗੱਲ ਕਈ ਬੰਦੇ ਬੋਤਲ ਤੋਂ ਨਾ ਕਰੀ ਜਾਓਗੇ ਨਹੀਂ ਮੈਨੂੰ ਡਾਕਟਰਾਂ ਨੇ ਬੰਦ ਕੀਤੀ ਚੱਲ ਅੱਜ ਪੀ ਲੈਣਾ ਵਾ ਲਿਆ ਸਰਜਰੀ ਜ਼ਰੂਰੀ ਹੈ ਬੁੱਲਾਂ ਦੀ ਸਰਜਰੀ ਕਰਾਓ ਆਪਣੇ ਬੁੱਲਾਂ ਦੀ ਕੀ ਹੋਇਆ ਬੁੱਲਾਂ ਨੂੰ ਯਾਰ ਉਹ ਨਿੰਬੂ ਯਾਰ ਅੱਲਾ ਪਾਵੀ ਦੇ ਕਾਪੀ ਪਾਣੀ ਹੁੰਦੀ ਮੈਂ ਤੇ ਕਹਿੰਦਾ ਪੂਰੇ ਹਜ਼ਾਰ ਵਾਟ ਦਾ ਬਲਬ ਲਈ ਯਾਰ ਬਸ ਸਾਡੇ ਜਿਹੜੇ ਵੀਰ ਭੈਣ ਭਰਾ ਉਹ ਸਾਡੇ ਨਾਲ ਮਿਲ ਕੇ ਗੱਲ ਸ਼ੇਅਰ ਅਸੀਂ ਕਰੀ ਦੀ ਫੈਸਲ ਤੋਂ ਅਗਲੀ ਗੱਲ ਦੱਸ ਉਹਨਾਂ ਨੇ ਕਿੰਨੇ ਪੈਸੇ ਲਾਏ ਉਹਦੇ ਯਾਰ ਉਹਨਾਂ ਨੇ ਕਿਹਾ 50-60 ਲੱਖ ਜਿੰਨਾ ਵੀ ਲੱਗੇ ਅੱਛਾ ਮੈਂ ਲਾਉਣ ਨੂੰ ਤਿਆਰ ਪਲਾਸਕਟ ਅਸੀਂ ਆਪਣਾ ਦੇਣਾ ਢੱਕਣ ਫੜ ਕੇ ਐਲਫੀ ਨਾਲ ਰੀਸਾਈਕਲਿੰਗ ਕਰਦੇ ਨੇ ਪਹਿਲੇ
ਉਬਾਲਦੇ ਨੇ ਉਹਨੂੰ ਕੜਾਹੀ ਚ ਵੱਡੇ ਨੂੰ ਠੀਕ ਉਹਨੂੰ ਫਿਰ ਪਾਣੀ ਤਰ੍ਹਾਂ ਕਰਕੇ ਫਿਰ ਉਹ ਲਾਉਂਦੇ ਨੇ ਤੁਹਾਡੀਆਂ ਅੱਖਾਂ ਜਿਹੜੀਆਂ ਵਿੱਚ ਵੜ ਗਈਆਂ ਸਤਾਰ ਜੀ ਇਹ ਨਾ ਇੱਥੋਂ ਰੱਖ ਕੇ ਛੈਣੀ ਤੇ ਉਹਨਾਂ ਸੱਟਾਂ ਲਾਉਣੀਆਂ ਚਲੋ ਉਹ ਵੀ ਕੋਈ ਗੱਲ ਕਰ ਲਵੇ ਠੀਕ ਆ ਤੂੰ ਵੀ ਕੋਈ ਗੱਲ ਕਰ ਲੈ ਠੀਕ ਆ ਤੂੰ ਵੀ ਕੋਈ ਗੱਲ ਕਰ ਲੈ ਠੀਕ ਯਾਰ ਆ ਵੀ ਸਾਲਾ ਮੈਂ ਜਿਹੜੀ ਹੱਕ ਦੀ ਗੱਲ ਮੰਨਣੀ ਚਾਹੀਦੀ ਇਹ ਬੰਦਾ ਮੈਨੂੰ ਕਹਿ ਕਹਿ ਕੇ ਤੇਰਾ ਮੂੰਹ ਇਦਾਂ ਦਾ ਇਹ ਨਹੀਂ ਨਹੀਂ ਇਹ ਗੱਲ ਭਰਿਆ ਪੰਜਾਬੀ ਹੈ ਤੂੰ ਨਾ ਕਹਿ ਮੇਰੇ ਕੋਲ ਘਰ ਤਿੰਨ ਸਰਜਰੀਆਂ ਪਈਆਂ ਮੈਂ ਕਹਿੰਦਾ ਉਹਨਾਂ ਦੇ ਸਰਦੀਆਂ ਵਾ ਉਹ ਦਸੰਬਰ ਤੋਂ ਬਾਅਦ ਚੁੱਪ ਕਰਾ ਯਾਰ ਫਰੀਦ ਤੂੰ ਨਾ ਬੋਲ ਤੇਰਾ ਨੀ ਬਣਦਾ ਹੈਗਾ ਇਹਨਾਂ ਕੋਲ ਮੇਰੇ ਇੱਕ ਦਾਦਾ ਬਾਪੂ ਦੀ ਸਰਜਰੀ ਪਈ ਆ ਉਹ ਲਵਾ ਲਓ ਤੁਸੀਂ ਚਾਹ ਜਿੰਨੀ ਮਰਜ਼ੀ ਤੱਤੀ ਪੀਓ ਤੁਹਾਨੂੰ ਲੱਗੇਗਾ ਨੀ ਬੁੱਲ ਨੀ ਸਰੂਗੇ ਤੁਹਾਡੇ ਦੰਦ ਵੀ ਨੀ ਭਾਜੀ ਆਪਣੀ ਤੁਸੀਂ ਉਹਨਾਂ ਦੀ ਸਰਜਰੀ ਕਰਾਓ ਮੈਂ ਚੱਲੀ ਸਰਜਰੀ ਨੀ ਮੈਂ ਲਵਾਉਣੀ ਬੜੀ ਮਜ਼ਬੂਤ ਆ ਉਹ ਨਹੀਂ ਮੈਂ ਨਵੀਂ ਲਵਾਉਣੀ ਨਵੀਂ ਲਵਾ ਸਾਜੀ ਉਹਨਾਂ ਨੇ ਨਵੀਂ ਲਵਾਉਣੀ ਉਧਰ ਉਹ ਤੂੰ ਮੈਨੂੰ ਕਹਿੰਦਾ ਸੀ ਉਹ ਸਰਜਰੀ ਵਾਲੇ ਕਹਿੰਦੇ ਆ ਖਲ ਗਰਮ ਕਰਕੇ ਪਹਿਲੇ ਟਕੋਰ ਦੋ ਮਹੀਨਾ ਮੂੰਹ ਆਹੋ ਖਲ ਬੱਕਰੇ ਦੀ ਲੈ ਕੇ ਨਾ ਉਹ ਗਰਮ ਕਰਕੇ ਟਕੋਰ ਕਰਨੀ ਮੂੰਹ ਤੇ ਤੈਨੂੰ ਇੰਨੀ ਮਾਲੂਮਾਤ ਮੈਂ ਕਹਿੰਦਾ ਇੱਕ ਦੋ ਤਿੰਨ ਚਾਰ ਅਸੀਂ ਪੰਜ ਬੰਦੇ ਆ ਮੈਂ ਕਹਿੰਦਾ ਤੁਸੀਂ ਤੂੰ ਕਿਸੇ ਨੂੰ ਪੁੱਛ ਲਾ ਪੰਜਾਂ ਚੋਂ ਸਭ ਤੋਂ ਜ਼ਿਆਦਾ ਅਟਰੈਕਸ਼ਨ ਕਸ਼ਿਸ਼ ਕਿਹਦੇ ਚਿਹਰੇ ਦੇ ਵਿੱਚ ਆ ਕਿਹਦੀਆਂ ਅੱਖਾਂ ਦੇ ਵਿੱਚ ਆ ਤੁਸੀਂ ਦੱਸਣਾ ਵਾ ਤੁਸੀਂ ਡੇਟ ਦੇਣੀ ਆ ਮੈਂ ਤਾਂ ਕਹਿ ਦਾਂਗਾ ਫੇਰ ਘਰ ਬੰਦਿਆਂ ਨੂੰ ਸਾਰਿਆਂ ਨੂੰ ਕਾਰਡ ਕੂਡ ਫਿਰ ਉਸ ਹਿਸਾਬ ਨਾਲ ਦੇ ਦਾਂ ਤੁਸੀਂ ਦੱਸੋ ਕਿੱਦਾਂ ਆਵਾਂ ਸਰਜਰੀ ਦਾ ਕਿਹਾ ਮਾਰ ਕੇ ਤੇਰੇ ਮੈਂ ਦੰਦ ਬਾਹਰ ਕੱਢਦੇ ਉਦਾ ਜੀ ਇਹਨੇ ਨਹੀਂ ਦੱਸਣਾ ਤੁਹਾਨੂੰ ਆਪ ਹੀ ਜਾਣਾ ਪੈਣਾ ਇਹ ਕਿਉਂ ਦੱਸ ਚਵਲੇ ਜੀ ਇਹ ਹੁਣ ਤੂੰ ਸਰਜਰੀ ਦੀ ਗੱਲ ਕਰ ਸਰਜਰੀ ਕਰਾਣੀ ਹੈ ਉਸਤਾਦ ਸਰਜਰੀ ਦੀ ਮੈਨੂੰ ਲੋੜ ਹੈ ਖੁਦਾ ਦੀ ਕਸਮ ਅੱਲਾ ਦੀ ਕਸਮ ਇਹਦੇ ਮੂੰਹ 'ਚ ਇਹਦੇ ਟੋਏ ਟਿੱਬੇ ਪੂਰੇ ਕਰਨ ਲਈ ਡੇਢ ਟਰਾਲੀ ਮਿੱਟੀ ਦੀ ਪੈਣੀ ਮੂੰਹ ਸਿੱਧਾ ਰੱਖ ਕੇ ਅੱਲਾ ਬੰਦੇ ਤੇ ਸਹੀ ਆਹ ਮੂੰਹ ਮੈਨੂੰ ਕਹਿ ਦਿਆ ਕਿ ਤੁਸੀਂ ਸਰਜਰੀ ਕਰਾ ਬਸ ਬਸ ਉਸਤਾਦ ਫਿਰ ਉਸਤਾਦ ਜੀ ਉਸਤਾਦ ਜੀ 1000 ਰੁਪਏ ਦੇ ਬੈਂਟ ਲੈ ਜੇ ਲਾ ਇੱਕ ਅੱਧੀ ਚਿਬੜ ਤੁਹਾਡੇ ਮੂੰਹ ਆਈ ਹੈ ਨਫ਼ਰਤ ਕਰ ਯਾਰ ਅੱਛਾ ਸਾਨੂੰ ਨੀ ਪਿਆਰ ਹੈਗਾ ਯਾਰ ਸਾਨੂੰ ਮੈਨੂੰ ਜਿੰਨਾ ਅਹਿਸਾਸ ਹੋਣਾ ਕਿਸੇ ਨੂੰ ਹੋਣਾ ਉਸਤਾਦ ਜੀ ਉਹ ਜਿਹੜਾ ਮੇਲਿਆਂ ਤੇ ਸੱਪ ਨੀ ਮਿਲਦਾ ਮਿਲਦਾ ਜਿਹੜਾ ਐ ਕਰਕੇ ਖੁੱਲ ਜਾਂਦਾ ਉਹਦਾ ਨਾ ਮੂੰਹ ਲੇਕਿਨ ਮੈਂ ਤੁਹਾਨੂੰ ਕਦੀ ਨੀ ਕੁਛ ਕਿਹਾ ਗੱਲਾਂ ਮਾਫੀ ਤੇ ਯਕੀਨ ਮੰਨੋ ਇਹੋ ਜਿਹਾ ਬੁੱਢਾ ਗੁਜ਼ਰੇ ਮੌਤ ਦੇ ਖੂਹ ਤੇ ਸਾਈਡ ਤੇ ਸੁੱਤੇ ਹੁੰਦਾ ਕਿੰਨਾ ਨੱਚਣਾ ਨਾ ਕਿਸੇ ਨੇ ਮੂੰਹ ਲੈਣਾ ਚਲੋ ਇੱਧਰ ਦੇਖਦਾ ਯਾਰ ਉਹਨਾਂ ਦੇ ਘਰ ਚਲਾ ਗਏ ਉਂਜ ਦਾ ਤਾਂ ਮੂੰਹ ਜਵਾਬ ਬੜਾ ਸੋਹਣਾ ਸੀ ਬੜਾ ਸੋਹਣਾ ਸੀ ਬਗੈਰ
ਵਰਗੇ ਪੁੱਤਰ ਸ਼ਗਿਰਦ ਤੇ ਪੁੱਤਰ ਹੋਣ ਉਸਤਾਦ ਨਹੀਂ ਮਾਰ ਖਾਂਦਾ ਕਿਤੇ ਅੱਲਾ ਮੇਰੇ ਉਸਤਾਦ ਮੈਂ ਆ ਲੈ ਮੇਰੀ ਜ਼ਿੰਦਗੀ ਵੀ ਲਾ ਦੇ ਅੱਲਾ ਦੀ ਕਸਮ ਹੈ ਸਹੀ ਗੱਲ ਪਾਨ ਵਾਲੀ ਦੁਕਾਨ ਤੋਂ ਜਦੋਂ ਬੋਤਲ ਸ਼ੋਤਲ ਤੇ ਵਾਵਾ ਕੁਝ ਖਾ ਪੀ ਲਈਏ ਨਾ ਤੇ ਬੰਦੇ ਕੋਲ ਪੈਸੇ ਨਹੀਂ ਹੁੰਦੇ ਤੇ ਬੰਦਾ ਹੱਥ ਨਹੀਂ ਮਾਰਦਾ ਉਦਾਂ ਦਾ ਮੂੰਹ ਅੱਛਾ ਬੱਚਿਆਂ ਦੇ ਕਾਰਟੂਨਾਂ 'ਚ ਨਹੀਂ ਜਿਹੜੀ ਟ੍ਰੇਨ ਦਾ ਮੂੰਹ ਬਣਿਆ ਹੁੰਦਾ ਉਂਝ ਦਾ ਮੂੰਹ ਅੱਛਾ ਗਿੱਲੀ ਜਗ੍ਹਾ ਤੋਂ ਤਿਲਕ ਕੇ ਤੇ ਬੰਦਾ ਖੜਾ ਨਹੀਂ ਹੁੰਦਾ ਦੁਬਾਰਾ ਡਿੱਗਦਾ ਨਹੀਂ ਇੱਕਦਮ ਜੋ ਦੇਖਿਆ ਕਦੀ ਪੈਰ ਤਿਲਕਦਾ ਲੇਕਿਨ ਬੰਦਾ ਸੰਭਲ ਜਾਂਦਾ ਉਸ ਦੌਰਾਨ ਜਿਹੜਾ ਮੂੰਹ ਬਣਦਾ ਨਾ ਉਹਦੇ ਵਰਗਾ ਮੂੰਹ ਹੁੰਦਾ ਲੇਕਿਨ ਉਹਦੀ ਸੱਚੀ ਮੁਹੱਬਤ ਨੂੰ ਅਸੀਂ ਸਲਾਮ ਕਰਨੇ ਅੱਜ ਉਹਨੇ ਸੱਚੀ ਮੁਹੱਬਤ ਦਾ ਸਬੂਤ ਦਿੱਤਾ ਸਾਹਿਬ ਜੀ ਤੁਸੀਂ ਮੰਨਦੇ ਹੋ ਕਿ ਨਹੀਂ ਫੈਸਲ ਤੁਹਾਡੇ ਨਾਲ ਸੱਚਾ ਪਿਆਰ ਕਰਦਾ ਬਾਈ ਮੈਂ ਅੱਜ ਮੰਨ ਗਿਆ ਇੱਕ ਫੈਸਲ ਤੇ ਇੱਕ ਸਨੀ ਭਾਈ ਮੈਂ ਕਹਿੰਦਾ ਇਹ ਮੇਰੇ ਲਈ ਜਾਨ ਵੀ ਦੇ ਸਕਦੇ ਮੈਨੂੰ ਲੱਗ ਗਿਆ ਉਸਤਾਦ ਜੀ ਸਰਜਰੀ ਕਰਾ ਲਓ ਪਤਾ ਕੀ ਗੱਲ ਉਸਤਾਦ ਜੀ ਐਵੇਂ ਮੈਂ ਜ਼ਬਰਦਸਤੀ ਕਰਾ ਦੀ ਕਸਮ ਹੈ ਝੂਠਾ ਇਲਜ਼ਾਮ ਲਾਓ ਨਾ ਕਿਸੇ ਦੇ ਇੱਕਦਮ ਤੇ ਉਹਦਾ ਇਹੋ ਜਿਹਾ ਮੂੰਹ ਬੰਦਾ ਮੈਂ ਕਿਦੋਂ ਕੀਤਾ ਇਦਾਂ ਸਹੀ ਗੱਲ ਗੋਭੀ ਵਾਲਾ ਪਰਾਂਠਾ ਨਹੀਂ ਹੁੰਦਾ ਉਹਨੂੰ ਦੋ ਕਰੀਏ ਉਹ ਜਦੋਂ ਧੋਤੀ ਬੰਨਦੇ ਆ ਵੇਖਿਆ ਕਦੀ ਬੰਦੇ ਨੂੰ ਧੋਤੀ ਜਦੋਂ ਬੰਨਦੇ ਨੇ ਧੋਤੀ ਜਦੋਂ ਬੰਨਦੇ ਨੇ ਨਾ ਉਦੋਂ ਇੰਜ ਇੰਜ ਕਰਕੇ ਨਾ ਧੋਤੀ ਨੂੰ ਫੜ ਕੇ ਤੇ ਇੱਕ ਚੀਜ਼ ਮੂੰਹ 'ਚ ਲੈ ਲੈਂਦੇ ਦੰਦਾਂ 'ਚ ਉਹ ਜਦੋਂ ਦੰਦਾਂ 'ਚ ਲੈਂਦੇ ਉਹੋ ਜਿਹਾ ਮੂੰਹ ਬੰਨਿਆ ਕਰ ਨਾ ਦੰਦ ਲੱਗ ਗਏ ਸੇਬੇ ਵਾਲੇ ਬੰਬ ਨੂੰ ਅੱਗ ਲਾਉਂਦੇ ਜਿੱਦਾਂ ਦਾ ਬੰਦਾ ਮੂੰਹ ਬਣਾਉਂਦਾ ਨਾ ਐਂ ਕਰਕੇ ਉਂਜ ਦਾ ਮੂੰਹ ਤੁਸੀਂ ਬਹਰਾਲ ਫੈਸਲ ਸਾਹਿਬ ਨਿਹਾਇਤ ਘਟੀਆ ਹਰਕਤ ਕੀਤੀ ਆ ਮੈਨੂੰ ਜਦੋਂ ਸਿਗਰਟ ਲਾਉਣਾ ਮੈਨੂੰ ਉਦੋਂ ਕੋਈ ਨਾ ਕੋਈ ਆਪਣਾ ਮੂੰਹ ਯਾਦ ਆਉਣਾ ਇੱਧਰ ਤੇ ਦੇਖੋ ਤੁਸੀਂ ਰੋ ਰੋ ਕੇ ਸਾਫ ਕਰ ਕਰਕੇ ਮੁੱਚਾਂ ਭੁਰ ਗਈਆਂ ਬੀਚ ਤੋਂ ਬਾਹਰ ਹਮਾਮ ਹੁੰਦੇ ਆ ਉੱਥੋਂ ਲਾ ਕੇ ਤੁਸੀਂ ਫਿਰ ਉੱਥੇ ਨਹਾਉਣਾ ਹੁੰਦਾ ਇਹ ਬਾਹਰ ਨੀ ਨਾ ਕਿਹਾ ਬੀਚ ਹੀ ਰਿਹਾ ਸਾਜੀ ਤੁਹਾਡਾ ਮੂੰਹ ਖੁੱਲੇ ਥਾਂ ਤੇ ਜਿੰਨ ਛੱਡੇ ਹੁੰਦੇ ਕਸਮੇ ਉਹ ਬੱਚਾ ਕਿਸੇ ਅਤਿਕ ਠੀਕ ਵਾ ਮੁਹੱਬਤ ਆ ਸੱਚੀ ਮੁਹੱਬਤ ਆ ਬੀਚ ਤੇ ਜਾਈਏ ਨਾ ਰੇਤ ਪਾ ਕੇ ਅੱਜ ਘਰ ਨੀ ਪਾਈਦਾ ਪੈਰ ਕੱਢੀਏ ਉਹ ਜਦੋਂ ਮੂੰਹ ਸਾਫ ਕਰ ਮਾਫ ਕਰਨ ਲੱਗਿਆ ਥੋੜਾ ਹਾਂ ਨਹੀਂ ਤੈਨੂੰ ਲੱਗਣਾ ਹੀ ਸਿੱਧਾ ਬੰਦਾ ਤੁਰਿਆ ਜਾਂਦਾ ਹੋਵੇ ਨਾ ਕਿਤੇ ਤੇ ਉਹਨੂੰ ਪਤਾ ਨਾ ਵੇ ਵੀ ਅੱਗੇ ਖਾਈ ਆ ਤੇ ਮੌਕੇ ਤੇ ਪਹੁੰਚ ਕੇ ਜਿਹੋ ਜਿਹਾ ਮੂੰਹ ਬਣਦਾ ਨਾ ਤੁਰਿਆ ਜਾਣਾ ਉਂਝਦਾ ਤਾਂ ਮੂੰਹ ਉਹ ਜਿਹੜਾ ਬੰਦਾ ਕਹਿੰਦਾ ਸ਼ੁਕਰ ਆ ਮੈਂ ਡੇਗ ਨੀ ਪਿਆ ਜਿਹੜਾ ਇੱਕਦਮ ਬੰਦਾ ਜਾਂਦਾ ਨੀ ਜਾਂਦਾ ਵੇਖਦਾ ਮੈਂ ਤੇਰੇ ਜਜ਼ਬਾਤ ਨੂੰ ਸਮਝਣ ਕਿਲ ਠੋਕਦੇ ਨਾ ਕਿਸ ਤਰ੍ਹਾਂ ਅੰਗੂਠੇ ਤੇ ਥੋੜੀ ਵੱਜ ਜਾਂਦੀ ਦੇਖਿਆ ਕਦੀ ਉਦੋਂ ਜਿੱਦਾਂ ਦਾ ਮੂੰਹ ਮਾਰਦਾ ਨਾ ਜਿਹੜਾ ਬੰਦਾ ਖੱਪ ਵੀ ਨੀ ਪਾਉਂਦਾ ਨਾਲ ਦਾ ਪੁੱਛਦਾ ਕੀ ਹੈ ਥੋੜੀ ਵੱਡੀ ਸਹੀ ਗੱਲ ਆਦਰਾ ਭੁੱਬਤ ਬੱਕਰੇ ਨੂੰ ਬੁਲਾਈ ਕਹਿੰਦਾ ਯਕੀਨ ਦਵਾਏ ਯਾਰ ਕਿ ਤੂੰ ਆਪਣੇ ਬੱਚਿਆਂ ਦਾ ਵੀ ਕੁਛ ਸੋਚ ਉਸਤਾਦ ਨੀ ਸਾਰਾ ਕੁਛ ਕਰਨਾ ਤੂੰ ਮੇਰੇ ਉਸਤਾਦ ਤੋਂ ਸਭ ਕੁਛ ਪਰ ਜਿਹੜੀ ਸ਼ੈ ਵੀ ਲਾਉਣੀ ਆ ਉਸਤਾਦ ਦੇ ਆ ਕੰਨ ਲਾਉਣੇ ਆ ਨਾ ਇਹ ਵਾਪਸ ਕਰ ਦੇਣਾ ਛਾਪਰ ਚ ਪਾ ਨਹੀਂ ਨਹੀਂ ਲਾਣੇ ਲੁਣੇ ਕੁਛ ਨਹੀਂ ਸਿਰਫ ਇੰਜੈਕਸ਼ਨ ਲੱਗਣੇ ਤੇ ਰੰਗ ਚਿੱਟਾ ਹੋ ਜਾਣਾ ਬਸ ਯਾਰ ਐ ਨਹੀਂ ਕਰਾਉਣਾ ਹੈਗਾ ਬੱਚੇ ਨੇ ਚੋਰੀ ਕੀਤੀ ਹੋਵੇ ਨਾ ਛੋਟੇ ਨੇ ਤੇ ਤੁਸੀਂ ਉਹਨੂੰ ਫੜ ਲਓ ਸੱਤ ਅੱਠ ਸਾਲ ਦੇ ਬੱਚੇ ਨੇ ਤੇ ਤੁਹਾਨੂੰ ਪਤਾ ਹੁੰਦਾ ਇਹਨੇ ਚੋਰੀ ਕੀਤੀ ਤੁਸੀਂ ਕਹਿੰਦੇ ਨਾ ਅਜੇਬ ਚ ਕੀ ਹੈ ਤੇ ਉਹਨੇ ਉਹਨੂੰ ਕੱਢਣਾ ਨਹੀਂ ਤੇ ਉਹਦਾ ਜਦੋਂ ਓਦਾਂ ਦਾ ਮੂੰਹ ਬਣਦਾ ਨਾ ਉਵੇਂ ਦਾ ਇਹਦਾ ਮੂੰਹ ਕਿੱਦਾਂ ਭਲਾ ਲੱਗਣ ਕੱਢ ਜੇਬ ਚੋਂ ਕੱਢ ਗਈ ਹੈ
अच्छा लो जी नादरिन तुसी दसना सर्जरी की लोड़ किनू पंजा चो दसना कि कशिश ज्यादा वा कि अखा च कशिश ज्यादा वा अपनी इमानदारी सही कहना। अच्छा गल ए कि दिल किसी का नहीं तोड़ना दो बंदे विच दानिश का भी कह दें ठीक है क्योंकि दिलों से रब वसदा वा तो किसी का दिल उजारी नहीं करनी। मेरे को एक मैं एक नवी आई डी बना के उत्तों तेरा कह दें अक्सर सर जी कोई चाहने वाले बहुत है मैं राती रोना आ गया एक मिनट पड़ गया चपेट वाली गल तो मैं बड़ा खुश हो सर जी मैं रो पिया पढ़ के यार बड़ी गल यकदम कोणी कंध च वजे करंट नहीं पैंदा नहीं पैंदा इंज नहीं हुंदा इंज ते 11,000 वोल्ट दा पवे तद नहीं हुंदा अक्सर टूटी चौंदी हो त्रिप त्रिप डिगदी उत्ते इट रखी दी ना उह सिटर गामू उस्ताद जी इहनू सर्जरी तों अलावा कोई चीज नहीं बदल सकदी उस्ताद जी अजकल इंटरनेशनल तुहानू पता है रूल हैगा वा टेक्निकली इंसान नूं खूबसूरत होण लई डॉक्टर्स दा जिहड़े वड्डे लोग होए ने उन्होंने भी करवाया सारा लिया तुसी करवाओ मैं तुहानू कहिंदा मैं मशवरा सच्ची दिया मैं कहिंदा एक वड्डे होरा के धौण वधा रहे हो नवा मूह लवा दिने वा उत्थों उहदा पता कर हां वी किन्ने कदा लगदा फुल सर्दियां च तुहानू किस टाइम लगदा हुंदा ना कि आ गर्म पानी दी टूटी है ते तुसी सारे कपड़े कुपड़े लाके उहदे थल्ले खलो के इस ज़ेन नाल टूटी खोल लैंदे कि गर्म आउणा ते अगों छट्टा ठंडे दा हुंदा हुंदा ना अक्सर इदां है ना कोई भी करदा बिल्ली नू नेच होवे ना बिल्ली च बकरी पाते हो अज तू रो रो के सानू ओ साया नहीं यार मैनू फरीद कमाल करती फैसल तेरा तेरी मोहब्बत दा मुल्ल कोई नहीं इहनां नू की कदर यार जो गल्लां तू इहनां नू कीतियां किसे वड्डे आदमी नू होर नू कीतियां हुंदियां जी करे तैनू कढ दिंदा उहनू उहनां तैनू बिठाया तेरा किसी गरीब आदमी को जिद को सिर्फ थोड़ी जी गिच होंगी ना ओदी धक्के ना पेचा को ला लवे ना ओदी घबराहट च जिहड़ा मुंह बांधा ना उंज दा तेरा मुंह अक्सर रोटी खाने दाल खाने दाल थले रोड आ जाता करता बंदा रोड आ गया इट आ गई पूरी अच्छा मैं रोटी खाने मैं दाल थले रोड आया आहो बंदा इदा करता रोड करता करता कर बस एक मतलब की है थड़ा आ गया पूरा बोझ बस को बिल्डिंग आ गई और रोड बिल्डिंग जज्बात ते वेखो चंग दा कनेक्टर नहीं ओ जदों कहंदा ने चले टॉप टॉप ओ यार बड़ी गल उस्ताद सिर्फ बालों तो फड़न वाला रह गया बाकी तू यार मेरी गल सुन लो ये मैं अज तो मूह ते जरूरत बचा हुआ की होया नहीं यार मैं जो वेखदा वा
ਮੈਨੂੰ ਕਿਸੇ ਹਿਸਾਬ ਨਾਲ ਵਾਰੇ ਹੀ ਨਹੀਂ ਆਉਂਦੀ ਤੁਹਾਨੂੰ ਬਚਣ ਦੇ ਨਹੀਂ ਵਾਪਸ ਲੈ ਲਾ ਯਾਰ ਕਿਉਂਕਿ ਯਾਰ ਜੋ ਵੀ ਆ ਇਹਦੇ ਨਾਲ ਮੈਂ ਸੋਣਾ ਹੀ ਯਾਰ ਮੈਂ ਜਿੱਦਾਂ ਨਾ ਨਹੀਂ ਆ ਇਹਦੇ ਨਾਲ ਸੋਣਾ ਹੀ ਇਹ ਮੈਨੂੰ ਜੁਗਤ ਕਰੇਗਾ ਮੁਹੱਬਤ ਚ ਜੋ ਗੱਲਾਂ ਕਰਾਂ ਤੁਸੀਂ ਮੈਨੂੰ ਰੋਕਣਾ ਨੀ ਅਸੀਂ ਨੀ ਰੋਕਿਆ ਦੋ ਤਿੰਨ ਗੱਲਾਂ ਹੋਰ ਕਰ ਲੈ ਅਸੀਂ ਤਿੰਨ ਤੇਰੇ ਇਸ਼ਕ ਨੂੰ ਨਾ ਇੱਕ ਨਾਮ ਵੱਡਾ ਦੇ ਦਈਏ ਵੱਡੇ ਲੈਵਲ ਤੇ ਮੁਕਾ ਦੇ ਅੱਜ ਗੱਲ ਸੱਚੀ ਮੁੱਚੀ ਮੈਂ ਤੈਨੂੰ ਜਨਮਨ ਦੱਸ ਰਿਹਾ ਦੁਨੀਆਂ ਦੇ ਵਿੱਚ ਮੇਰੇ ਵਾਲਦ ਮੋਹਤਰਮ ਪਹਿਲੇ ਫਿਰ ਮੇਰੀ ਅੰਮੀ ਅੱਬੂ ਇੱਕ ਦੁਨੀਆਂ ਚ ਵਾਲਦ ਸਾਹਿਬ ਤੇ ਅੰਮੀ ਅੱਬੂ ਸਭ ਤੋਂ ਜ਼ਿਆਦਾ ਜਿਹੜੀ ਮੁਹੱਬਤ ਅੱਲਾ ਨੂੰ ਜਾਣਦੇ ਨੇ ਆਪਣੇ ਅੱਬੂ ਨਾਲ ਫਿਰ ਆਪਣੇ ਅੰਮੀ ਅੱਬੂ ਨਾਲ ਫਿਰ ਸਿਸਟਰਾਂ ਨਾਲ ਭਰਾਵਾਂ ਨਾਲ ਫਿਰ ਬੀਵੀ ਬੱਚਿਆਂ ਨਾਲ ਮੇਰੇ ਵਾਲਦ ਸਾਹਿਬ ਨਾਲ ਫਿਰ ਅੰਮੀ ਅੱਬੂ ਨਾਲ ਉਹ ਚੱਬੂ ਉਹ ਚ ਵਾਲਦ ਉਹਨਾਂ ਚੋਂ ਇੱਕ ਮੈਂ ਨਹੀਂ ਨਹੀਂ ਉਹ ਵਾਲਦ ਉਹਦੇ ਉਹਦੇ ਨੇ ਤੇ ਮੈਂ ਕਿੱਥੇ ਆ ਉਹ ਆਉਂਦੇ ਹੋ ਤੁਸੀਂ ਅੱਛਾ ਅੱਛਾ ਅੱਗੇ ਸਹੀ ਮੇਰੇ ਦਿਲ ਚੋਂ ਤੁਸੀਂ ਐਂਡ ਤੇ ਮੈਂ ਨਹੀਂ ਸਾਜੀ ਐਂਡ ਤੇ ਨਹੀਂ ਸਾਜੀ ਪਤਾ ਕੀ ਗੱਲ ਮੇਰੇ ਭੈਣ ਭਰਾ ਪਹਿਲੇ ਨੇ ਮੈਨੂੰ ਫਿਰ ਮੇਰੇ ਬੀਵੀ ਬੱਚੇ ਨੇ ਫਿਰ ਮੇਰੇ ਵਾਲਦੈਨ ਯਾਰ ਦੋ ਸਾਇਆ ਦਾ ਜ਼ਿਆਦਾ ਹੱਕ ਹੁੰਦਾ ਫਰੀਦ ਜੈਨਵਨ ਮਨੋ ਉਸਤਾਦ ਜੀ ਦੇ ਨਾਲ ਬੜੀ ਮੁਹੱਬਤ ਆ ਅਗਰ ਉਸਤਾਦ ਕਵੇ ਨਾ ਕਿ ਦਿਨ ਆ ਤੇ ਮੈਂ ਕਹਿਣਾ ਨਹੀਂ ਰਾਤ ਆ ਸੁਪਰੀ ਸਹੀ ਗੱਲ ਆ ਉਸਤਾਦ ਮੈਨੂੰ ਕਹੇ ਨਾ ਕਿ ਪੁੱਤਰ ਇੱਥੇ ਇੱਕ ਲਾਤੇ ਖਲੋ ਜਾ ਮੈਂ ਉਹਨੂੰ ਨਿਕਲ ਜਾਣਾ ਪਤਾ ਕੀ ਗੱਲ ਫਰੀਦ ਮੇਰੇ ਅੱਬੂ ਅੱਲਾ ਜਨਤਾ ਹੀ ਕਰਦੇ ਕਹਿੰਦੇ ਹੁੰਦੇ ਸੀ ਬੇਟਾ ਜਿਹੜੀ ਜ਼ਾਤ ਬਰਾਦਰੀ ਹੈ ਨਾ ਉਹ ਤੁਹਾਡੇ ਮੱਥੇ ਤਾਂ ਨਹੀਂ ਲਿਖੇ ਆ ਤੁਹਾਡੀਆਂ ਕਰਤੂਤਾਂ ਦੱਸਦੀਆਂ ਨੇ ਕਿ ਤੁਸੀਂ ਕੌਣ ਹੋ ਕੀ ਹੋ ਤੁਸੀਂ ਵੇਖ ਲਓ ਕਿਹਦਾ ਕਿਹਦਾ ਮੂੰਹ ਫੜੋਗੇ ਲੋਕ ਮੈਨੂੰ ਖਾਨਦਾਨੀ ਕਹਿੰਦੇ ਠੀਕ ਹੁਣ ਉਸਤਾਦ ਮੈਨੂੰ ਰਾਤ ਦੇ 3 ਵਜੇ ਫੋਨ ਕਰਨ ਮੇਰਾ ਬੰਦ ਹੀ ਮਿਲੂ ਲੈਟਰ ਤੇ ਲੋ ਜੀ